ਸਰਦਾਰ ਸੁਖਬੀਰ ਸਿੰਘ ਬਾਦਲ, ਇੰਡਸਟਰੀ ਮਿਨਿਸਟਰ ਨਿਤਿਨ ਸਾਹਿਬ, ਮਾਈ ਅਦਰ ਕੈਬਨਿਟ ਕੁਲੀਗਸ, ਕੈਪਟਨਸ ਆਫ ਦੀ ਇੰਡਸਟਰੀ, ਲੇਡੀਜ਼ ਐਂਡ ਜੈਂਟਲਮੈਨ, ਇਟ ਇਜ਼ ਦ ਕੰਕਲੂਡਿੰਗ ਡੇ of this Punjab Progressive Investment Summit. I think you read any paper today, whole first page is given to this summit. Even when it is a story, that person is going to mourn. ਪੰਜਾਬੀ ਬਸ ਵਾਹਿਗੁਰੂ ਜੀ ਕਾ ਖਾਲਸਾ। ਤਰੱਕੀ ਵੀ ਕਰੇ, ਮੈਂ ਤਰੱਕੀ ਤੋਂ ਮਾਇਕ ਤਰੱਕੀ ਨਹੀਂ ਉਹਦੀ ਮੈਨੂੰ ਨਹੀਂ ਲੋੜ ਹੈਗੀ, ਨਾ ਮੈਂ ਕਦੇ ਪੈਸੇ ਬੰਨੀ ਵੇਖਿਆ, ਮੇਰੇ ਵਿੱਚ ਜੇਬ ਵੀ ਵੇਖ ਲਓ, ਅੱਜ ਕਰਾਚੀ ਦਾ ਵੀ ਪੈਸਾ ਨਹੀਂ, ਨਾ ਮੈਂ ਘੜੀ ਰੱਖਦਾ, ਨਾ ਪੈਨ ਰੱਖਦਾ, ਨਾ ਪੈਸਾ ਰੱਖਦਾ। ਜੇ ਗੁਰਦੁਆਰੇ ਮੱਥਾ ਟੇਕਣਾ ਹੋਵੇ ਨਾ, ਤਾਂ ਮੈਂ ਜਿਹੜੇ ਮੇਰੇ ਨਾਲ ਬਾਡੀ ਗਾਰਡ ਹੁੰਦੇ ਆ, ਉਹਨਾਂ ਨੂੰ ਲੈ ਦਿੰਦਾ 100 ਰੁਪਇਆ, ਉਹਨੂੰ ਆ ਕੇ ਘਰੇ ਜਾ ਕੇ ਜਾ। ਲੇਕਿਨ ਮੈਨੂੰ ਇਸ ਗੱਲ ਦੀ ਇੰਨੀ ਖੁਸ਼ੀ ਹੈ ਕਿ ਸੁਖਬੀਰ ਪੰਜਾਬ ਦੀ ਜਿਹੜੀ ਮੇਰੀ ਸਭ ਤੋਂ ਵੱਡੀ ਖੁਸ਼ ਸੀ ਕਿ ਮੇਰੇ ਨਾਲ ਵੀ ਵੱਧ ਸੇਵਾ ਕਰੇ, ਅੱਜ ਇਹ ਮੇਰੇ ਨਾਲ ਵੀ ਵੱਧ ਪੰਜਾਬ ਦੀ ਸੇਵਾ। ਸਾਡੇ ਵੇਲੇ ਹੋਰ ਤਰ੍ਹਾਂ ਦੀ ਸੇਵਾ ਸੀ, ਉਦੋਂ ਸਰਕਾਰਾਂ ਤਾਂ ਹੁੰਦੀਆਂ ਨਹੀਂ ਸਨ, ਅਸੀਂ ਜੇਲ੍ਹਾਂ 'ਚ ਜਾਣਾ ਹੁੰਦਾ ਸੀਗਾ। ਅੱਜ ਇਹ ਪਹਿਲੀ ਕਤਾਰ ਦੇ ਬੈਠੇ ਨਾ ਅਸੀਂ, ਇਹ ਤਾਂ ਭਾਈ ਜੇਲ੍ਹਾਂ ਵਾਲੇ, ਉਦੋਂ ਤਾਂ ਸੇਵਾ ਵੱਡੀ ਪਈ ਹੁੰਦੀ, ਪੰਜ ਦੀ ਦੇਸ਼ ਦੀ, ਜਿਹੜਾ ਕੋਈ ਐਜੂਕੇਸ਼ਨ ਉਹਦੇ ਹਿੱਸਾ ਲਓ ਲੜੋ, ਅਸੀਂ ਤਾਂ ਆਪਣਾ ਦੌਰ ਉਹ ਟਪਾਇਆ। ਹੁਣ ਰਾਜ ਵਾਲਾ ਦੌਰ ਤਾਂ ਸੁਖਬੀਰ ਅਤੇ ਮਜੀਠੀ ਵਾਲਾ ਦੌਰ ਤਾਂ ਹੁਣ ਆਇਆ, ਸਾਡਾ ਸਭ ਜੇਲ੍ਹਾਂ ਆਇਆ ਸੀ, ਅਸੀਂ ਆਪਣੀ ਡਿਊਟੀ ਤੇ ਵੀ ਹੋਵੇ ਨਾ ਜਾਂ ਜੇਲ੍ਹਾਂ ਜਾਣ ਦੀ ਕੀ ਲੋੜ ਹੈ। ਅਤੇ ਰਾਮੂਵਾਲੀ ਨੇ ਤਾਂ ਸਾਰੇ ਸਵਾਲ ਹੀ ਵੇਖੇ, ਇਹ ਸਰਕਾਰ ਨਾਲ ਲੜ ਜਾਂਦਾ ਸੀ, ਕਾਂਗਰਸ ਵਾਲੇ ਨਾਲ ਉੱਥੋਂ ਵੀ ਗੱਪਾਂ ਮਾਰ ਲੈਂਦਾ ਜੀ, ਦਿਲ ਦਿਲ ਘੁਲਾਉਂਦਾ। ਮੇਰੇ ਮਨ ਦੀ ਇੱਕ ਇਹ ਵੀ ਹੈ, ਬਾਪ ਦੇ ਮਨ ਵਿੱਚ ਇਹ ਗੱਲ ਹੁੰਦੀ ਹੈ ਕਿ ਉਹਦਾ ਬੇਟਾ ਅੱਗੇ ਉਰਦੂ ਵੀ ਵੱਧ ਤਰੱਕੀ ਵੀ ਕਰੇ, ਮੈਂ ਤਰੱਕੀ ਤੋਂ ਮਾਇਕ ਤਰੱਕੀ ਨਹੀਂ ਹੋਈ ਇਨਵੈਸਟਮੈਂਟ ਸਮਿਟ। I think you read any paper today, whole first page is given to this summit. Even when it is a story, that Sardar Sukhbir Singh Badal, Industry Minister Nitin Sahib, my other cabinet colleagues, captains of the industry, ladies and gentlemen, it is the conclusion, persons going to mourn. There was a Punjabi bus standing there. He said, "Bhagwant ji ka khalsa." So I will empty where the word, where have you to go? And not only their presence, that their presence is felt there.
ਮੈਨੂੰ ਨਹੀਂ ਲੋੜ ਹੈਗੀ ਨਾ ਮੈਂ ਕਦੇ ਪੈਸੇ ਵੱਲ ਨਹੀਂ ਵੇਖਿਆ ਮੇਰੇ ਉੱਤੇ ਜੇਬ ਵੀ ਵੇਖ ਲਓ ਅੱਜ ਕਰਾਚੀ ਦਾ ਵੀ ਪੈਸਾ ਨਹੀਂ ਨਾ ਮੈਂ ਘੜੀ ਰੱਖਦਾ ਨਾ ਪੈਨ ਰੱਖਦਾ ਨਾ ਪੈਸਾ ਰੱਖਦਾ ਜੇ ਗੁਰਦੁਆਰੇ ਮੱਥਾ ਟੇਕਣਾ ਹੋਵੇ ਨਾ ਤਾਂ ਮੈਂ ਜਿਹੜੇ ਮੇਰੇ ਨਾਲ ਬਾਡੀ ਗਾਰਡ ਹੁੰਦੇ ਆ ਉਹਨਾਂ ਨੂੰ ਲੈ ਲੈਂਦਾ 100 ਰੁਪਇਆ ਉਹਨੂੰ ਆਜੋ ਘਰੇ ਜਾ ਕੇ ਜਾ ਲੇਕਿਨ ਮੈਨੂੰ ਇਸ ਗੱਲ ਦੀ ਇੰਨੀ ਖੁਸ਼ੀ ਹੈ ਕਿ ਸੁਖਬੀਰ ਪੰਜਾਬ ਦੀ ਜਿਹੜੀ ਮੇਰੀ ਸਭ ਤੋਂ ਵੱਡੀ